ਮਿੱਤਰ ਪਿਆਰ ਆਰਜੇ ਹਿਮਾਂਸ਼ੂ ਜਲੰਧਰ ਸ਼ਾਮੀ 5 ਤੋਂ 9 ਮੇਰਾ ਸ਼ੋਅ ਹੁੰਦਾ ਹੈ ਐਂਡ ਮੇਰੇ ਨਾਲ ਆਰਜੇ ਇਮਰਾਨ ਪਟਿਆਲੇ ਤੋਂ ਅਸੀਂ ਇੱਥੋਂ ਬੈਠੇ ਪੰਜਾਬ ਸਾਰਾ ਕਵਰ ਕਰਦੇ ਹਾਂ ਤੁਹਾਡੀ ਆਵਾਜ਼ ਅੱਜ ਮੋਹਾਲੀ ਚੰਡੀਗੜ੍ਹ ਪੰਜਾਬ ਦੇ ਜਿੰਨੇ ਅੰਮ੍ਰਿਤਸਰ ਇਲਾਕੇ ਨੇ ਹਰ ਪਾਸੇ ਜਾਏਗੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਵਾਈਫ ਜੀ ਇੱਕ ਐਸਾ ਮੰਤਰ ਹੈ ਜਿਸ ਦਾ ਹਰ ਦਿਨ 5-6 ਵਾਰੀ ਜਾਪ ਕਰਨ ਦੇ ਨਾਲ ਘਰ 'ਚ ਸ਼ਾਂਤੀ ਬਣੀ ਰਹਿੰਦੀ ਹੈ। ਵਾਹ ਜੀ ਵਾਹ, ਬਿਲਕੁਲ। ਸੋ ਕਿੱਦਾਂ ਦਾ ਰਿਸਪੌਂਸ ਜਾ ਰਿਹਾ ਪਹਿਲਾਂ ਜੀ ਵਾਈਫ ਜੀ ਐਂਟਰੀ ਨੂੰ? ਸੁਪਰਬ। ਅੱਜ ਪ੍ਰਮੋਸ਼ਨਸ ਦਾ ਦੌਰ ਚੱਲ ਰਿਹਾ ਹੈ ਸੰਘਾ ਸਾਹਿਬ, ਜੋਰਾਂ ਸ਼ੋਰਾਂ ਨਾਲ ਭਾਜੀ ਪ੍ਰਮੋਸ਼ਨ ਹੋ ਰਹੀ ਹੈ ਔਰ ਬਹੁਤ ਲੋਕ ਯਾਰ ਪਿਆਰ ਦਿੰਦੇ ਆ ਔਰ ਸਾਡੇ ਟ੍ਰੇਲਰ ਨੂੰ ਬੜਾ ਪਿਆਰ ਮਿਲਿਆ ਹੈ। ਜਿੱਦਾਂ ਇੰਨੀ ਗੱਜ ਕੇ ਤੁਹਾਡੀ ਆਵਾਜ਼ ਹੁੰਦੀ ਹੈ ਤੇ ਘਰੇ ਵੀ ਇਦਾਂ ਹੀ ਹੁੰਦੀ ਹੈ? ਬਿਲਕੁਲ। ਰੋਸ਼ਨ ਭਾਜੀ ਵੀ ਅੱਜ ਅਸੀਂ ਉਹਨਾਂ ਨੂੰ ਮਿਸ ਕਰ ਰਹੇ ਹਾਂ, ਵਾਈਫ ਜੀ ਦੀ ਪਰਮਿਸ਼ਨ ਨਹੀਂ ਮਿਲੀ। ਸਭ ਤੋਂ ਪਹਿਲੇ ਫਿਲਮ ਦੇ ਡਾਇਰੈਕਟਰ ਸਾਹਿਬ ਦੇ ਨਾਲ ਹੀ ਗੱਲ ਕਰਦੇ ਹਾਂ। ਸਰ, ਇੱਕ ਐਸਾ ਕਨਸੈਪਟ ਹੈ ਜੋ ਸ਼ਾਇਦ ਹਰ ਇਨਸਾਨ ਇਸ ਨੂੰ ਆਪਣੇ ਰਿਲੇਟ ਕਰਕੇ ਦੇਖਦਾ ਹੈ, ਬੜਾ ਕੈਚੀ ਨਾਮ ਹੈ ਜੀ ਵਾਈਫ ਜੀ। ਸੋ ਸਟਾਰ ਕਾਸਟ ਲੱਭਣੀ, ਫਿਲਮ ਦਾ ਕਨਸੈਪਟ, ਇਸ ਨੂੰ ਡਾਇਰੈਕਟ ਕਰਨਾ, ਸਟਾਰ ਕਾਸਟ ਚੂਜ਼ ਕਰਨੀ, ਕਿੰਨਾ ਔਖਾ ਟਾਸਕ ਸੀਗਾ? ਬਾਈ ਜੀ, ਉਹ ਤਾਂ ਔਖਾ ਟਾਸਕ ਤਾਂ ਹੈ, ਤੁਸੀਂ ਮੈਨੂੰ ਦੱਸਤਾ ਵੀ ਇਹ ਪੂਰੇ ਪੰਜਾਬ 'ਚ ਜਾ ਰਿਹਾ, ਮੈਨੂੰ ਡਰ ਲੱਗਦਾ ਮੇਰੀ ਵਾਈਫ ਨਾ ਕਿਤੇ ਸੁਣ ਲਵੇ। ਮੈਨੂੰ ਫਿਰ ਦੱਸ ਦਿੰਦਾ ਘਰੇ ਛੱਡ ਕੇ ਆਉਣਗੇ। ਇਹ ਫਿਲਮ ਬਾਈ ਜੀ ਮੈਂ ਬਣਾਈ ਹੈ ਆਪਦੀ ਵਾਈਫ ਵਾਸਤੇ। ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਫਿਲਮ ਦੇਖ ਲਈ ਉਹਨੇ, ਵੀ ਇਹ ਫਿਲਮ, ਅੱਛਾ ਇਹ ਫਿਲਮ ਮੇਰੇ ਵਾਸਤੇ ਬਣਾਈ ਹੈ, ਫਿਰ ਉਦੋਂ ਬਾਅਦ 6 ਮਹੀਨੇ ਦੀ ਮੇਰੀ ਗਰੰਟੀ ਹੋਵੇ, 6 ਮਹੀਨੇ ਘਰ ਨਹੀਂ ਜਾ ਸਕਦਾ। ਬਾਈ ਜੀ ਬਹੁਤ ਸੋਹਣਾ ਇਹਨੇ ਹਿੰਮਤ ਨਾਲ ਬਣਾਈ ਹੈ, ਇਸ ਕਰਕੇ ਹੈ ਕਿ ਮੈਨੂੰ 6 ਮਹੀਨੇ ਘਰੇ ਨਾ ਜਾਣਾ ਪਵੇ। ਆਪਣੇ ਆਪ ਦੇ ਵਿੱਚ ਹੀ ਸਾਰੀ ਹੀ ਸਟਾਰ ਕਾਸਟ ਕਹਿੰਦੇ ਕਹਾਉਂਦੇ ਨਾਮ ਨੇ। ਸੋ ਇਹ ਇੱਕ ਐਸਾ ਮਸਲਾ ਹੈ ਜੋ ਹਰ ਇੱਕ ਆਪਣੇ ਘਰ ਦੇ ਵਿੱਚ ਫੀਲ ਕਰਦਾ ਹੋਣਾ। ਜੀ ਜੀ ਜੀ। ਸੋ ਕਿੰਨੀ ਕੁ ਤੁਹਾਡੀ ਸਭ ਦੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਇਹ ਫਿਲਮ ਹੈ, ਜਾਂ ਕਿੰਨਾ ਔਖਾ ਲੱਗਾ, ਜਾਂ ਬਿਲਕੁਲ ਘਰ ਵਰਗਾ ਮਾਹੌਲ ਲੱਗਾ? ਨਾ ਜੀ, ਦੇਖੋ ਘਰ ਵਰਗਾ ਮਾਹੌਲ ਹੀ ਹੈ ਫਿਲਮ ਦੇ ਵਿੱਚ। ਹਰ ਇੱਕ ਵਿਆਹੇ ਬੜੇ ਬੰਦੇ ਨਾਲ ਇਹਦਾ ਸਿੱਧਾ ਸੰਬੰਧ ਹੈ, ਕੋਈ ਕਾਲਪਨਿਕ ਗੱਲਬਾਤ ਨਹੀਂ। ਠੀਕ ਹੈ ਨਾ, ਹਰ ਇੱਕ ਬੰਦਾ ਜੋ ਮਰਜ਼ੀ ਕਹੇ ਜਾਵੇ, ਹਰ ਇੱਕ ਦੇ ਘਰੇ ਨੋਕ ਝੋਕ ਹੁੰਦੀ ਹੈ, ਹੋਣੀ ਵੀ ਚਾਹੀਦੀ ਹੈ। ਠੀਕ ਹੈ ਨਾ, ਇਕੱਲਾ ਪਿਆਰ ਵੀ ਨਹੀਂ ਮਤਲਬ ਹੋਣਾ ਚਾਹੀਦਾ, ਨਾਲ ਥੋੜ੍ਹਾ ਮੋਟਾ ਲੜਾਈ ਦਾ ਤੜਕਾ ਵੀ ਹੋਣਾ ਚਾਹੀਦਾ, ਉਹ ਸਾਰਾ ਕੁਛ ਇਹਦੇ ਵਿੱਚ ਹੈ ਔਰ ਸਾਰੇ ਵਿਆਹੇ ਬਾਰੇ ਬੰਦਿਆਂ ਦੀ ਜ਼ਿੰਦਗੀ ਦੀ ਇਹ ਸੱਚਾਈ ਹੈ। ਅਰਬੀ ਭਾਜੀ, ਵਾਈਫ ਕੀ ਹੈ? ਵਾਈਫ ਕੀ ਹੈ? ਲੈ, ਉਹ ਤਾਂ ਮਹਾਰਾਜ ਮਾਂ ਤੋਂ ਬਾਅਦ ਤਾਂ ਭਰਾਵਾ ਉਹੀ ਹੋਈ। ਅੱਛੀ ਗੱਲ ਆ, ਇਹ ਗੱਲ ਹੈ ਹੀ ਆ ਭਰਾਵਾ, ਉਹਨਾਂ ਨੂੰ ਵੀ ਪਤਾ ਨਹੀਂ ਰਹੀ, ਉਹਨਾਂ ਦੇ ਘਰ ਵੀ ਜਾਂਦਾ। ਅੱਛਾ, ਮੇਰੀ ਗੱਲ ਸੁਣੋ, ਇਹ ਗੱਲ ਕਰਮਜੀਤ ਭਾਜੀ ਨੂੰ ਵੀ ਪਤਾ ਜੀ, ਔਰ ਬਈ ਆਪਣੇ ਲਈ ਤਾਂ ਸੱਚੀ ਗੱਲ ਆ ਜੀ। ਅੱਜ ਅਸੀਂ ਕਿਤੇ ਬੈਠੇ ਆ ਨਾ, ਤੇ ਉਹਨਾਂ ਦਾ ਹੌਸਲਾ, ਉਹਨਾਂ ਦਾ ਸਮਝਦਾ ਵੀ ਬੈਠਾ, ਉਹਨਾਂ ਕਰਕੇ ਬੈਠਾ, ਨਹੀਂ ਆਉਣੀ ਨਹੀਂ ਦੇਣਾ ਸੀ ਸਾਨੂੰ। ਸੱਚੀ ਗੱਲ ਆ, ਉਹਨਾਂ ਤੋਂ ਪੁੱਛ ਕੇ ਆਇਆ ਪ੍ਰਮੋਸ਼ਨ ਦੇ ਚਾਹਵਾਂ, ਕਹਿੰਦੇ ਨਹੀਂ ਭੁੱਖੇ ਜਾ ਯਾਰ, ਇਹ ਕਿਹੜੀ ਗੱਲ ਆਪਾਂ ਨੂੰ ਨਹੀਂ ਆ ਰਹੇ। ਅੱਛਾ ਗੱਲ ਸੁਣੋ, ਬਾਕੀ ਗੱਲਾਂ ਛੱਡੋ, ਤੁਸੀਂ ਕਿਹਦੀਆਂ ਗੱਲਾਂ 'ਚ ਨਾ ਆਇਓ, ਇਹ ਬਹੁਤ ਵਧੀਆ ਫਿਲਮ ਆ, ਘੈਂਟ ਫਿਲਮ ਆ, ਤੇ 24 ਤਰੀਕ ਨੂੰ ਜਿਹੜੀ ਫਿਲਮ ਆ ਰਹੀ ਹੈ ਨਾ ਜੀ ਵਾਈਫ ਜੀ, ਤੇ ਦੇਖੋ 24 ਤਰੀਕ ਨੂੰ ਮਤਲਬ ਕਿ ਥੀਏਟਰ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਨਾ, ਬਾਉਟੀਆਂ ਪਰੌਣੇ ਜੁੰਡੋ ਜੁੱਡੀ ਹੋਣਗੇ। ਯਾਰ ਅੱਛਾ, ਮਤਲਬ ਮਜ਼ੇਦਾਰ ਲੜਾਈ, ਘੈਂਟ, ਤੇ ਤੁਸੀਂ ਔਰ ਇੱਕ ਗੱਲ ਦੀ ਗਰੰਟੀ ਆ, ਹੱਸ ਹੱਸ ਕੇ ਲੋਟ ਹੋ ਜਾਓਗੇ ਔਰ ਫੈਮਿਲੀ ਪੈਕੇਜ ਆਏ, ਤੁਸੀਂ ਆਪਣੀ ਬੱਚੀ ਨਾਲ, ਤੁਸੀਂ ਆਪਣੀ ਭਤੀਜੀ ਨਾਲ, ਤੁਸੀਂ ਆਪਣੀ ਧੀ ਰਾਣੀ ਨਾਲ ਇਹ ਫਿਲਮ ਬੈਠ ਕੇ ਦੇਖ ਸਕਦੇ ਆ। ਬਿਲਕੁਲ ਜੀ, ਆਪਣੀ ਪੂਰੀ ਫੈਮਿਲੀ ਨਾਲ। ਇਹ ਸਾਰਾ ਕ੍ਰੈਡਿਟ ਜਾਂਦਾ ਮੇਰੇ ਭਰਾ ਡਾਇਰੈਕਟਰ ਅਵਤਾਰ ਸਿੰਘ ਨੂੰ ਔਰ ਸਿੰਗਲਾ ਸਾਹਿਬ, ਤੁਸੀਂ ਬਹੁਤ ਵਧੀਆ ਕੰਟੈਂਟ ਲੈ ਕੇ ਆਏ ਹੋ ਔਰ ਬਾਬਾ ਚੜ੍ਹਦੀ ਕਲਾ 'ਚ ਰੱਖੇਗਾ, ਦੇਖੋ ਰੌਣਕਾਂ ਲੱਗਣਗੀਆਂ ਭਾਜੀ ਜੀ। ਇੱਕ ਹਸਬੈਂਡ ਹਜੇ ਤੱਕ ਬੋਲਿਆ ਨਹੀਂ ਲੱਕੀ ਭਾਜੀ, ਉਹਦਾ ਨਵਾਂ ਨਵਾਂ ਬੋਲਿਆ ਹੋਇਆ, ਉਹਦੀ ਨਾਲ ਆਈ, ਉਹਦੇ ਨਾਲ ਆਈ, ਮੇਰੇ ਨਾਲ ਆਈ ਹੋਈ, ਸਾਰੇ ਕੱਲੇ ਕੱਲੇ ਨੇ ਮੇਰੇ ਘਰ ਆਈ ਹੋਈ ਹੈ। ਇਹ ਤਾਂ ਅੱਜ ਸਹੁਰੀ ਆਇਆ, ਕਿਉਂਕਿ ਇਹ ਜਲੰਧਰ ਦੀ ਹੈ ਨਾ, ਮਤਲਬ ਸਹੁਰੀ ਆਇਆ ਤਾਂ ਹੀ ਆਵਾਜ਼ ਨਹੀਂ ਨਾ ਨਿਕਲਦੀ। ਸੋ ਹਸਬੈਂਡ ਦੇ ਬੜੇ ਅਸੀਂ ਦਿਲ ਦੇ ਜਜ਼ਬਾਤ ਸੁਣ ਲਏ, ਜਿਹੜੀਆਂ ਘਰ ਵਾਲੀਆਂ ਨੇ, ਜਿਹਨਾਂ ਨੇ ਤੰਗ ਵੀ ਕੀਤਾ, ਥੋੜੀਆਂ ਤੰਗ ਵੀ ਹੋਈਆਂ ਨੇ ਇਸ ਫਿਲਮ ਦੇ ਵਿੱਚ, ਉਹਨਾਂ ਦੇ ਕੀ ਵਿਚਾਰ ਨੇ, ਉਹਨਾਂ ਦੀ ਕੀ ਫੀਲਿੰਗ ਹੈ? ਵਿਚਾਰ ਤਾਂ ਕੁਛ ਨਹੀਂ, ਫਿਲਮ ਬਹੁਤ ਸੋਹਣੀ ਬਣੀ ਹੈ ਜੀ, ਤੇ ਉਸ ਦੇ ਵਿੱਚ ਅਸੀਂ ਇਹਨਾਂ ਨੂੰ ਤੰਗ ਤਾਂ ਬਹੁਤ ਕੀਤਾ, ਤੇ ਆਪਾਂ ਫਨੀ ਪਿਕਚਰ ਬਣਾਈ ਹੈ ਨਾ, ਕਿ ਇਹ ਨਹੀਂ ਕੋਈ ਮੈਸੇਜ ਇੱਦਾਂ ਦਾ ਦੇਣ ਲਈ ਬਣਾਈ, ਇਟਸ ਜਸਟ ਅ ਫਨੀ ਪਿਕਚਰ। ਅਸੀਂ ਬਹੁਤ ਮਜ਼ਾ ਕੀਤਾ ਸ਼ੂਟ ਦੇ ਦੌਰਾਨ,
ਤੇ ਰਿਐਲਿਟੀ ਮਤਲਬ ਹਰ ਇੱਕ ਨੂੰ ਫਿਲਮ ਦੇਖਣ ਤੋਂ ਬਾਅਦ ਨਾ ਸਭ ਨੂੰ ਹਰ ਘਰ ਦੇ ਵਿੱਚ ਸਭ ਨੂੰ ਆਹੀ ਲੱਗੂਗਾ ਕਿ ਆਹ ਤਾਂ ਮੇਰੀ ਹੀ ਸਟੋਰੀ ਹੈ ਹਰ ਘਰ ਵਾਲਾ ਘਰ ਵਾਲੀ ਇੱਕੋ ਚੀਜ਼ ਕਹਿਣਗੇ ਤੁਸੀਂ ਵੀ ਮੇਰੇ ਨਾਲ ਇੱਦਾਂ ਹੀ ਕਰਦੇ ਹੋ ਨਾ ਤੁਸੀਂ ਵੀ ਮੇਰੇ ਨਾਲ ਆਹੀ ਕੁਛ ਕੀਤਾ ਨਾ ਸੋ ਇਹ ਬਹੁਤ ਹੀ ਨੈਚੁਰਲ ਜਿਹੀ ਫਿਲਮ ਬਣਾਈ ਹੈ ਸਾਡੇ ਡਾਇਰੈਕਟਰ ਨੇ ਮੇਰੇ ਗੱਲ ਕਰਾ ਘਰ ਵਾਲੇ ਜਾ ਕੇ ਕਹਿਣੇ ਮੇਰੀ ਗੱਲ ਹੋਈ ਸੀ ਨਾਲ ਨਾਲ ਘਰ ਵਾਲੇ ਨਾਲ ਉਹ ਕਹਿੰਦਾ ਵਾਕਈ ਭਾਜੀ ਆਹੀ ਹਾਲਾਤ ਹੈ ਮੇਰੇ ਠੀਕ ਹੈ ਜੀ ਜੱਸੀ ਮਾਨ ਜੀ ਹਾਂਜੀ ਤੁਹਾਡਾ ਇੱਕ ਵਾਰੀ ਫੇਰ ਰੇਡੀਓ ਸਿਟੀ ਦਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਤੁਸੀਂ ਰੇਡੀਓ ਸਿਟੀ ਦੇ ਨਾਲ ਹਮੇਸ਼ਾ ਸਾਡੇ ਨਾਲ ਇਵੈਂਟਸ ਦੇ ਵਿੱਚ ਵੀ ਜੁੜੇ ਰਹਿੰਦੇ ਹੋ ਅੱਛਾ ਪਹਿਲਾਂ ਵੀ ਜੁੜੇ ਹੋਈ ਹੈ ਅਸੀਂ ਹੁਣ ਰੀਸੈਂਟਲੀ ਅਵਾਰਡ ਵੀ ਕਰਕੇ ਹਟੇ ਆ ਮੈਮ ਨੂੰ ਉੱਥੇ ਅਸੀਂ ਅਵਾਰਡ ਵੀ ਦਿੱਤਾ ਸੀਗਾ ਥੈਂਕ ਯੂ ਸੋ ਮਚ ਅਮਰਜਿੰਗ ਫੇਸ ਆਫ ਦੀ ਪੰਜਾਬੀ ਇੰਡਸਟਰੀ ਸੋ ਉਹਦੀਆਂ ਵੀ ਵਧਾਈਆਂ ਵਾਂਸ ਅਗੇਨ ਐਂਡ ਇਹ ਜਿਹੜੀ ਇੰਨੀ ਜ਼ਬਰਦਸਤ ਸਟਾਰ ਕਾਸਟ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਕਿਤੇ ਵੀ ਸੈਟਸ ਦੇ ਵਿੱਚ ਸ਼ੂਟਿੰਗ ਦੇ ਦੌਰਾਨ ਕਿਤੇ ਬੋਰ ਹੋਣ ਦੇਣਗੇ ਕਿਉਂਕਿ ਇੱਕ ਤੱਕ ਵੱਧ ਕੇ ਸੈਂਸ ਆਫ ਹਿਊਮਰ ਸਿਚੁਏਸ਼ਨਲ ਕਾਮੇਡੀ ਕ੍ਰੀਏਟ ਹੋ ਜਾਂਦੀ ਹੈ ਸੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਨਾ ਸਭ ਦੇ ਨਾਲ ਕੰਮ ਕਰਨ ਦਾ ਅਸਲ 'ਚ ਮੇਰੇ ਚਿੱਤਰ ਸਭ ਤੋਂ ਵੱਧ ਮੇਰੇ ਪੈਂਦੇ ਸੀ ਕਿਉਂਕਿ ਮੈਂ ਹੱਸ ਪੈਂਦੀ ਸੀ ਕੋਈ ਪੰਜ ਮਾਰਦਾ ਸੀ ਹੱਸ ਪੈਂਦੀ ਸੀ ਮੈਂ ਅਤੇ ਮੈਥੋਂ ਹੱਸੀ ਕੰਟਰੋਲ ਲੈਂਦੀ ਪਰ ਹੌਲੀ ਹੌਲੀ ਇਹਨਾਂ ਨਾਲ ਕੰਮ ਕਰਨਾ ਹੀ ਬਹੁਤ ਵੱਡੀ ਗੱਲ ਹੈ ਸਿੱਖਣਾ ਐਕਸਪੀਰੀਅੰਸ ਲੈਣਾ ਹਰ ਇੱਕ ਚੀਜ਼ ਦਾ ਸੋ ਮੈਂ ਬਹੁਤ ਥੈਂਕਫੁਲ ਹਾਂ ਸਾਰੀ ਟੀਮ ਦਾ ਹੈ ਨਾ ਜੋ ਮੈਨੂੰ ਵਧੀਆ ਸਾਥ ਦਿੱਤਾ ਮੈਨੂੰ ਬਹੁਤ ਕੁਛ ਸਿਖਾਇਆ ਇਹਨਾਂ ਨੇ ਮਨੀਸ਼ ਸਰ ਜੀ ਕੋਈ ਪੰਜਾਬੀ ਫਿਲਮ ਸ਼ੁਰੂ ਹੁੰਦੀ ਹੈ ਤੇ ਤੁਹਾਡੇ ਨਾਮ ਤੋਂ ਬਿਨਾਂ ਘੱਟ ਹੀ ਪੰਜਾਬੀ ਫਿਲਮ ਸ਼ੁਰੂ ਹੁੰਦੀ ਹੈ ਮਨੀਸ਼ ਸਾਨੀ ਜੀ ਓਮ ਜੀ ਵਾਸਤੇ ਜ਼ੋਰਦਾਰ ਤਾੜੀਆਂ ਇਹ ਕਿਹਦਾ ਨਾਮ ਸਾਡੇ ਜਲੰਧਰ ਸ਼ਹਿਰ ਨੂੰ ਕੀ ਪੂਰੇ ਪੰਜਾਬ ਨੂੰ ਮਾਣ ਹੈ ਇਹਨਾਂ ਤੇ ਸੋ ਪੰਜਾਬੀ ਇੰਡੀਆ ਪੂਰੀ ਪੰਜਾਬੀ ਇੰਡਸਟਰੀ ਅਗਰ ਅੱਜ ਜਿਸ ਮੁਕਾਮ ਤੇ ਜਾ ਰਹੀ ਹੈ ਉਹਦੇ ਵਿੱਚ 90 ਤੋਂ ਵੀ 99.9% ਯੋਗਦਾਨ ਇਹਨਾਂ ਦਾ ਇੱਕ ਵਾਰੀ ਮਨੀਸ਼ ਸਾਹਿਬ ਦੇ ਲਈ ਹੁੰਦਾ ਕਿਹਾ proud to be part of industry ਇਹ ਜਿਹੜਾ ਪ੍ਰੋਡਕਟ ਲੈ ਕੇ ਤੁਸੀਂ ਇਹਨਾਂ ਦੇ ਨਾਲ ਜੁੜੇ ਹੋ ਜੀ ਜੀ ਕੀ ਫੀਲਿੰਗ ਹੈ ਕੀ ਉਮੀਦਾਂ ਨੇ ਭਾਜੀ ਮੈਂ ਲਾਵਾ ਫੇਰੇ ਵਾਲੇ ਉਸੇ ਪੀਰੀਅਡ ਉਸੇ ਜ਼ੋਨ ਚ ਵਾਪਸ ਪਹੁੰਚ ਗਿਆ ਹੈ ਨਾ ਸੋ ਸੇਮ ਉਹਦੇ ਇਦਾਂ ਹੀ ਲੱਗ ਰਹੀ ਸੀ ਉਹਦੇ ਕੋਇਨਸੀਡੈਂਟਲੀ ਉਹੀ ਮੰਥ ਹੈ ਆਡੀਅੰਸ ਦੁਬਾਰਾ ਵਾਪਸ ਆਉਣੀ ਸ਼ੁਰੂ ਹੋ ਚੁੱਕੀ ਹੈ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਦੇ ਵਿੱਚ ਕਿੰਨੀ ਕੁ ਪਾਵਰ ਹੈ ਕਿੰਨਾ ਕੁ ਦਮ ਹੈ ਕਿ ਆਡੀਅੰਸ ਖਿੱਚ ਕੇ ਲੈ ਕੇ ਆਏਗੀ ਇਹ ਪਾਵਰ ਤਾਂ ਇਹ ਪਤਾ ਲੱਗ ਗਿਆ ਸਾਡੇ ਜਦੋਂ ਸਾਨੀ ਸਾਹਿਬ ਪੋਜ਼ਿਟਿਵ ਹੋ ਗਏ ਨਾ ਸਮਝੋ ਤਾਂ ਫਿਲਮ ਦੀਆਂ ਪਾਵਰਾਂ ਸਹੀ ਗੱਲ ਠੀਕ ਹੈ ਨਾ ਇਹਨਾਂ ਦੇ ਵਰਡ ਜਿਹੜੇ ਹੁੰਦੇ ਨੇ ਤਕਰੀਬਨ ਅਸੀਂ ਜਿੰਨੀਆਂ ਵੀ ਸਾਡਾ ਐਕਸਪੀਰੀਅੰਸ ਰਿਹਾ ਸਾਨੀ ਸਾਹਿਬ ਨਾਲ ਵੀ ਜਿਹੜੀ ਫਿਲਮ ਦੇ ਨਾਲੇ ਖੜ ਕੇ ਉਹ ਫਿਲਮ ਸੁਪਰ ਹਿੱਟ ਹੁੰਦੀ ਵੀ ਹੈ ਔਰ ਸਾਨੂੰ ਆਪਣੇ ਪ੍ਰੋਡਕਟ ਤੇ ਵੀ ਮਾਣ ਹੈ ਕਿ ਪ੍ਰੋਡਕਟ ਬਹੁਤ ਅੱਛਾ ਬਣਾਇਆ ਅਵਤਾਰ ਸਿੰਘ ਨੇ ਔਰ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹਾਂ ਵਧੀਆ ਤੋਂ ਵਧੀਆ ਬਣਾਉਣ ਦੀ ਔਰ ਪੂਰੀ ਐਕਸਾਈਟਮੈਂਟ ਹੈ ਔਰ ਪੱਕਾ ਇਹ ਜਿਹੜੀ ਫਿਲਮ ਹੈ ਇਹ ਨਵੇਂ ਰਿਕਾਰਡ ਬਣਾਓ ਸਾਰੇ ਘਰ ਵਾਲਿਆਂ ਨੂੰ ਸਵਾਲ ਵਾਈਫ ਦਾ ਸਭ ਤੋਂ ਵੱਡਾ ਹਥਿਆਰ ਕੀ ਹੁੰਦਾ ਹੈ ਵੇਲਣਾ ਸਹੀ ਹੈ ਰੀਅਲ ਲਾਈਫ ਬੇਸ ਵਾਈਸ ਸਟੋਰੀ ਹਾਂ ਫਿਰ ਮੈਂ ਐਕਸਪੀਰੀਅੰਸ ਹੋਲਡਰ ਹਾਂ ਮੈਂ ਬਣਾਈ ਆਪਣੀ ਜ਼ਿੰਦਗੀ ਤੇ ਉਤਾਰੇ ਉਤੋਂ ਕੋਈ ਡੱਬਾ ਡੁੱਬਾ ਰਸੋਈ ਚ ਸੀ ਮੇਰਾ ਹੱਥ ਨੀ ਜਾਂਦਾ ਕਹਿੰਦਾ ਜੀਭ ਨਾਲ ਲਾ ਲੈ ਫਿਰ ਪੂਰੀਆਂ ਅਸਮਾਨ ਤੇ ਨਹੀਂ ਤੇ ਜਿਹਦੇ ਘਰੇ ਕਲੇਸ਼ ਹੈ ਉਹ ਬੰਦਾ ਸਰਵਾਈਵ ਨਹੀਂ ਕਰ ਸਕਦਾ ਤਾਂ ਹੀ ਫਿਲਮ ਬਣ ਜਾਂਦੀ ਹੈ ਨਹੀਂ ਅਦਰਵਾਈਜ਼ ਤੁਸੀਂ ਐਡਾ ਸੋਹਣਾ ਕਨਸੈਪਟ ਸੋਚ ਹੀ ਨਹੀਂ ਸਕਦੇ ਸੋਚਣ ਦਾ ਮੌਕਾ ਹੀ ਨਹੀਂ ਦਿੰਦੀਆਂ ਉਹ ਵਾਈਫ ਦੀ ਫੁੱਲ ਫਾਰਮ ਕੋਈ ਦੱਸ ਸਕਦਾ ਹੈ WIFE ਪਤਾ ਨਹੀਂ ਵਾਈਫ ਦੀ ਪਹਿਲੇ ਤਾਂ ਵਾਈਜ਼ ਤੁਸੀਂ ਦੱਸੋ ਤੁਹਾਨੂੰ ਪਤਾ ਹੋਵੇ ਕੋਈ ਤੁੱਕਾ ਲਾ ਸਕਦਾ ਹੈ ਚਲੋ ਕੋਈ ਆਪਾਂ ਫੁੱਲ ਫਾਰਮ ਬਣਾਉਂਦੇ ਫਿਰ ਮੈਂ ਦੱਸਾਂਗਾ ਹਾਂਜੀ W ਵਾਈਜ਼ ਵਿਦਆਊਟ I ਇਨਫੋਰਮੇਸ਼ਨ ਇਨਫੋਰਮੇਸ਼ਨ ਫਾਈਟ ਫਿਰ ਆਪਾਂ ਪਤਨੀ ਜੀ ਕਰਦੇ ਮੈਂ ਚਾਹਾਂਗਾ ਕਿ ਇੱਕ ਵਾਰੀ ਇੰਗਣ ਮਿੰਗਣ ਹੋ ਜਾਵੇ ਇੰਗਣ ਮਿੰਗਣ ਤਲੀ ਤਲਿੰਗਣ ਤਾਰਾ ਮੀਰਾ ਮੈਨੂੰ ਅੱਗੇ ਆਉਂਦਾ
सोहने सजना सामने आके बैठा रे अखियां दे विच अखियां पाके बैठा रे अखियां दे विच अखियां पाके बैठा रे यारा वे यारा वे यारा वे यारा वे यारा यारा वे यारा ओ यारा वे यारा वे यारा यारा वे यारा बाल किडे किडे अगे आउणगे एक्सपीरियंस भी ले लो बहुत बढ़िया मैं ठीक है ਕਹਿੰਦਾ ਯਾਰ ਕੀ ਦੱਸਾਂ ਵਿਆਹ ਤੋਂ ਬਾਅਦ ਸਾਲੇ ਚਾਹ ਹੀ ਮਾਰਦੇ ਨਹੀਂ ਨਹੀਂ ਮਰਦੇ ਨਹੀਂ ਚਾਹ ਹੌਲੀ ਹੌਲੀ ਇਹ ਜਿਹੜਾ ਤੁਸੀਂ ਸਾਨੂੰ ਦੱਸਤਾ ਨਾ ਵੀ ਪੂਰੇ ਪੰਜਾਬ ਚ ਟੈਲੀਕਾਸਟ ਹੋਣਾ ਹੁਣ ਅੱਧੇ ਸ਼ਬਦ ਸਾਡੇ ਇਹਨਾਂ ਨੂੰ ਲੱਗਾ ਜਲੰਧਰ ਚੱਲੇ ਬਚ ਜਾਗੇ ਪਰ ਅਸੀਂ ਪਹਿਲਾਂ ਹੀ ਬਿਨਾਂ ਦੱਸੇ ਪੁੱਛਣਾ ਸੀਗਾ ਫੇਰ ਤੰਦਰ ਲਈ ਗੱਲਬਾਤ ਆਉਂਦੀ ਸਵਾਲ ਤੇਰਾ ਅੱਛਾ ਚਲੋ ਜਿਹੜੀ ਇਹ ਗੱਲ ਦੱਸੂਗਾ ਉਹ ਤੁਸੀਂ ਟੈਲੀਕਾਸਟ ਕਰ ਹੁਣ ਦੱਸੀ ਬਹੁਤ ਵਧੀਆ ਜੀ देखो जी ऑडियंस ये सोच के जावे कि असी इंटरटेनमेंट वास्ते जा रहे हैं हसन खेडन वास्ते जा रहे हैं बहुत प्रेशर है दिमागा ते है ना साडे ओ प्रेशर नु तसी मैं ते रंजीत भाजी असी इकट्ठे बैठदे सीगे असी आपदे दुखड़े सांझे करदे सीगे रंजीत भाजी कहिंदे फिल्में बना लो वड्डा कंसेप्ट तां आपणे दोने भावां कोल हैगा अद्धी स्टोरी मेरी अद्धी के रंजीत भाजी दी है डायलॉग कितें आ हां जी डायलॉग में सारेयां दे डायलॉग सारेयां दे मिक्स होके होए ने देखो पता की चक्कर है ऊं चाहे इह उत्तों सारे करमजीत भाजी हुरी उत्तों जिवें मर्जी कही जाण वी ये है वो है सानू पता सारेयां दा ही है सारे जाके इंजॉय करो बस